ਪਟਿਆਲਾ 'ਚ ਪੁਲਿਸ ਲਾਈਨ 'ਚ ਪੁਲਿਸ ਵਾਲਿਆਂ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਸ਼ਹੀਦ ਹੋਏ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਸਮਾਰੋਹ ਕਰਾਇਆ ਗਿਆ ਜਿਸ 'ਚ ਪੰਜਾਬ ਦੇ ਡਿਪਟੀ ਕਮਿਸ਼ਨਰ ਅਤੇ ਆਈ ਜੀ ਪਟਿਆਲਾ ਤੋਂ ਇਲਾਵਾ ਪੁਲਿਸ ਦੇ ਆਲਾ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਆਈ ਜੀ ਪਟਿਆਲਾ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਪੁਲਿਸ ਉਹਨਾਂ ਦੇ ਖਿਲਾਫ਼ ਕੜੀ ਤੋਂ ਕੜੀ ਕਾਰਵਾਈ ਕਰੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2014 ਤੋਂ ਬੰਦ ਹੋਈ ਪੈਨਸ਼ਨਾਂ ਨੂੰ ਫਿਰ ਬਹਾਲ ਕਰ ਦਿੱਤਾ ਹੈ ਅਤੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਸਰਕਾਰ ਵੱਲੋਂ ਹੋਰ ਵੀ ਕਈ ਐਲਾਨ ਕੀਤੇ ਗਏ ਨੇ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਮਨ ਰਿਸਟੋਰ ਕੀਤਾ, ਪੰਜਾਬ ਅਤੇ ਪੰਜਾਬੀਅਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਸੀ ਉਹਨਾਂ ਨੂੰ ਰਿਸਟੋਰ ਕੀਤਾ। ਅੱਜ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਹਾਂ ਅਤੇ ਆਪਣੇ ਆਪ ਨੂੰ ਰੀਡੈਡੀਕੇਟ ਵੀ ਕਰਦੇ ਹਾਂ ਉਹ ਆਈਡੀਅਲਸ ਲਈ ਜਿਨ੍ਹਾਂ ਲਈ ਉਹਨਾਂ ਨੇ ਸ਼ਹੀਦੀ ਦਿੱਤੀ, ਅਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਸ ਤਾਈਂ ਉਹਨਾਂ ਆਈਡੀਅਲਸ ਦੇ ਨਾਲ ਹੀ ਜਿਹੜੇ ਆਪਣੇ ਨਵੇਂ ਦੁਸ਼ਮਣ ਜਿਹਦੇ 'ਚ ਮੈਂ ਡਰੱਗਸ ਨੂੰ ਗਿੰਦਾ ਹੈਗਾ ਔਰ ਸਮਾਜ 'ਚ ਗਲਤ ਪ੍ਰਵਿਤੀਆਂ ਫੈਲਾਉਣ ਵਾਲੇ ਅੰਸਰਾਂ ਨੂੰ ਗਿੰਦਾ ਉਹਨਾਂ ਦੇ ਖਿਲਾਫ਼ ਆਪਣੇ ਆਪ ਨੂੰ ਰੀਡੈਡੀਕੇਟ ਕਰ ਸਕੀਏ। ਪਟਿਆਲਾ ਤੋਂ ਬਲਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।